ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। TSSP ਡਿਪਾਰਟਮੈਂਟ ਦੇ ਵੇਰੀਅਸ ਰਿਕਿਊਰਮੈਂਟ ਆਈਆਂ ਨੇ, ਜਿੱਦਾਂ ਮਤਲਬ ਕਿ ਆਪਣੇ ਜੇਲ੍ਹ ਵਾਰਡਨ ਦੀ ਹੋ ਗਈ, ਮੈਟਰਨ ਹੋ ਗਈ, ਲੇਬਰ ਇੰਸਪੈਕਟਰ ਹੋ ਗਿਆ, ਕਲਰਕ ਹੋ ਗਿਆ, ਤਾਂ ਆਪਾਂ ਇਹਨਾਂ ਦੀ ਫੀਸ ਕਿਸ ਤਰ੍ਹਾਂ ਭਰ ਸਕਦੇ ਹੋ, ਉਹ ਰਿਗਾਰਡਿੰਗ ਮੈਂ ਸਟੈਪ ਦੱਸਾਂਗਾ। ਇਹ ਸਟੈਪ ਫੋਲੋ ਕਰਕੇ ਤੁਸੀਂ ਆਪਣੀ ਫੀਸ ਪੇ ਕਰ ਸਕਦੇ ਹੋ, ਜਿੱਦਾਂ ਜੇਲ੍ਹ ਵਾਰਡਨ ਦੀ ਫੀਸ ਪੇ ਕਰਨੀ ਦੱਸਾਂਗਾ ਜੀ। ਬਾਕੀਆਂ ਦੇ ਸੇਮ ਸਟੈਪ ਹੈਗੇ ਆ ਜੀ, ਅਤੇ ਕਿੱਦਾਂ ਤੁਸੀਂ ਪੇ ਕਰ ਸਕਦੇ ਹੋ ਜੀ, ਤੁਸੀਂ ਆਪਣੇ ਫੋਨ ਤੋਂ ਵੀ ਕਰ ਸਕਦੇ ਹੋ, ਕੰਪਿਊਟਰ PC ਤੋਂ ਵੀ ਕਰ ਸਕਦੇ ਹੋ, ਜਿੱਦਾਂ ਤੁਹਾਨੂੰ ਸਹੀ ਲੱਗਦਾ। ਅਤੇ ਸਭ ਤੋਂ ਪਹਿਲਾਂ ਤੁਸੀਂ ਗੂਗਲ ਕ੍ਰੋਮ 'ਤੇ TSSP ਸਰਚ ਕਰਨਾ ਜੀ। ਜੇ ਤੁਸੀਂ ਗੂਗਲ ਕ੍ਰੋਮ 'ਤੇ TSSP ਸਰਚ ਕਰਦੇ ਹੋ ਜੀ, ਅਤੇ ਪਹਿਲੇ ਲਿੰਕ 'ਤੇ ਆ ਜਾਣਾ TSSP ਪੰਜਾਬ ਗੌਰਮੈਂਟ ਵਾਲਾ, ਜਾਂ ਪੰਜਾਬ ਸਬਾਰਡੀਨੇਟ ਸਰਵਿਸ ਸੈਕਸ਼ਨ ਬੋਰਡ ਵੀ ਕਹੀਆਂ ਜਾਂਦਾ ਜੀ। ਉਹ ਤੋਂ ਬਾਅਦ ਤੁਸੀਂ ਔਨਲਾਈਨ ਐਪਲੀਕੇਸ਼ਨ 'ਤੇ ਜਾਣਾ। ਜੇ ਮੰਨ ਲਓ ਵੀ ਤੁਸੀਂ ਫੀਸ ਪੇ ਕਰ ਰਹੇ ਹੋ, ਤੁਹਾਡਾ ਕੋਈ ਫਾਈਨਲ ਪੇਮੈਂਟ ਨਹੀਂ ਆ ਰਿਹਾ, ਕੁਝ ਦਿੱਕਤ ਆਉਂਦੀ ਪਈ ਆ ਜੀ, ਤਾਂ ਕੰਟਰੋਲ ਰੂਮ ਬਣਾਇਆ, ਇੱਥੇ ਤਾਂ ਨੰਬਰ ਵੀ ਦਿੱਤਾ ਹੋਇਆ ਵਾ, ਤੁਸੀਂ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ, ਜਾਂ ਤੁਸੀਂ ਮੇਲ ਪਾ ਸਕਦੇ ਹੋ, ਠੀਕ ਆ। ਇਹਦੇ ਅਕੋਰਡਿੰਗ ਜਿਹੜੀ ਵੀ ਰਿਕਰੂਟਮੈਂਟ ਤੁਸੀਂ ਅਪਲਾਈ ਕਰ ਰਿਹਾ ਜੀ, ਉਹਦੇ ਐਡਵਰਟਾਈਜਮੈਂਟ 'ਚ ਜੇ ਜਾਣਾ ਤੁਸੀਂ ਜੀ, ਜਿੱਦਾਂ ਆਪਾਂ 8 ਹੀ ਜਾਵਾਂਗੇ ਜੇਲ੍ਹ ਵਾਰਡਨ ਦੇ ਵਾਲੇ, ਇੱਦਾਂ ਹੀ ਤੁਸੀਂ ਆਪਦੇ ਜਿੱਦੀ ਫੀਸ ਪੇ ਕਰਨੀ, ਸੇਮ ਪ੍ਰੋਸੈਸ ਆ ਸਾਰਿਆਂ ਦਾ, ਸਿਰਫ ਤੁਹਾਡੇ ਐਡਵਰਟਾਈਜ ਨੰਬਰ ਦੇ ਵਿੱਚ ਜਾਣਾ, ਉੱਥੋਂ ਐਡਵਰਟਾਈਜ ਨੰਬਰ ਚੇਂਜ ਕਰਨਾ, ਬਾਕੀ ਸੇਮ ਪ੍ਰੋਸੈਸ ਆ। ਹੁਣ ਆਪਾਂ ਜਿੱਥੇ ਆ ਹੈਗਾ ਜੀ ਅਪਲੋਡ ਫੋਟੋ ਸਾਈਨ ਪੇ ਫੀਸ, ਇੱਥੇ ਜਾਵਾਂਗੇ ਜੀ, ਅਤੇ ਜਦੋਂ ਤੁਹਾਡੇ ਜੋ ਤੁਸੀਂ ਫੀਸ ਪੇ ਕਰ ਦਿੰਦੇ ਹੋ, 3 ਦਿਨਾਂ ਬਾਅਦ ਤੁਹਾਡਾ ਫਾਈਨਲ ਪੇਮੈਂਟ ਵੀ ਇੱਥੇ ਹੀ ਮਿਲਦਾ ਵਾ। ਓਕੇ ਕਰੋਗੇ ਜੀ, ਉਹ ਤੋਂ ਬਾਅਦ ਆਪਣਾ ਐਪਲੀਕੇਸ਼ਨ ਨੰਬਰ ਅਤੇ ਡੇਟ ਭਰ ਕੇ ਸਬਮਿਟ ਕਰੋਗੇ ਜੀ, ਅਤੇ ਆਪਾਂ ਫਿਰ ਕਰਦੇ ਹਾਂ। ਆਪਣਾ ਐਪਲੀਕੇਸ਼ਨ ਨੰਬਰ ਅਤੇ ਡੇਟ ਭਰਨ ਤੋਂ ਬਾਅਦ ਸਬਮਿਟ ਕਰ ਦੇਣਾ ਤੁਸੀਂ ਜੀ। ਉਹ ਤੋਂ ਬਾਅਦ ਤੁਹਾਡੇ ਸਾਹਮਣੇ ਇੱਦਾਂ ਦੀ ਆਪਸ਼ਨ ਆਉਂਦੀ ਹੈ, ਉਹ ਤੋਂ ਬਾਅਦ ਤੁਸੀਂ ਹੇਅਰ 'ਤੇ ਕਲਿੱਕ ਕਰ ਦੇਣਾ। ਇਸ ਤੋਂ ਬਾਅਦ ਜਿਹੜੇ ਵੀ ਐਡਵਰਟਾਈਜ ਨੰਬਰ ਦੇ ਨੋਟਿਸ ਆ ਜੀ, ਸਾਰੇ ਪੰਜਾਬ ਵਾਲੇ 'ਚ ਕੋਲਮ 'ਚ ਮਿਲਣਗੇ, TSSB ਬੋਰਡ ਇੱਥੇ ਕਲਿੱਕ ਕਰਾਂਗੇ, ਪੰਜਾਬ ਵਾਲਾ ਨੀਚੇ ਕੋਲਮ। ਇਹ ਤੋਂ ਆਪਣੀ ਕੈਟਾਗਰੀ ਸੈਟ ਕਰਨੀ ਚਾਹੀਦੀ, ਤੁਸੀਂ ਵੈਕੈਂਸੀ ਲਈ ਮਤਲਬ ਕਿ ਫੀਸ ਪੇ ਭਰਨਾ ਚਾਹ ਰਹੇ ਹੋ ਜੀ, ਜੇ ਤਾਂ ਆਪ ਐਡਵਰਟਾਈਜ ਨੰਬਰ 8 ਲਈ ਭਰਨਾ ਚਾਹੁੰਦੇ ਹੋ, ਉਹਨੂੰ ਕਲਿੱਕ ਕਰ ਲੈਣਾ। ਇੱਦਾਂ ਜਿਹੜੀ ਜਿਹੜੀ ਐਡਵਰਟਾਈਜਮੈਂਟ ਲਈ ਤੁਸੀਂ ਭਰਨਾ ਵਾ, ਉਹਦਾ ਸਿਲੈਕਟ ਕਰ ਲੈਣਾ ਵਾ, ਉਹਦਾ ਨੰਬਰ ਕਿੰਨਾ ਵਾ, ਜਿੱਦਾਂ ਤੁਸੀਂ ਸੀਨੀਅਰ ਅਸਿਸਟੈਂਟ ਦਾ 5 ਆ, ਠੀਕ ਆ ਜੀ। ਇੱਦਾਂ ਜਿਹੜੀ ਵੱਖ ਵੱਖ ਰਿਕਰੂਟਮੈਂਟ, ਉਹਦਾ ਵੱਖਰਾ ਵੱਖਰਾ ਹੈਗਾ ਵਾ। ਉਹ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਨੰਬਰ ਭਰੋਗੇ ਅਤੇ ਡੇਟ ਆਫ ਬਰਥ ਭਰੋਗੇ, ਇੱਥੇ ਡੇਟ ਆਫ ਬਰਥ ਜਿਹੜੀ ਭਰਨੀ ਹੈ ਜੀ ਤੁਸੀਂ DDMMYYY, ਇਹ 'ਚ ਕੋਈ ਸਪੇਸ ਨਹੀਂ ਪਾਉਣੀ, ਕੋਈ ਸਲੈਸ਼ ਨਹੀਂ ਪਾਉਣਾ, ਠੀਕ ਆ ਜੀ। ਅਤੇ ਮੈਂ ਤਾਂ ਦਿਖਾਉਣਾ ਭਰ ਕੇ ਵੀ, ਇੱਥੇ ਡੇਟ ਆਫ ਬਰਥ ਭਰ ਲੱਗਾ ਜੀ ਮੈਂ, ਦੇਖੋ ਇਹਦੇ ਵਿੱਚ ਹੈਗਾ ਕਿ ਜਿੱਦਾਂ 1 ਜਨਵਰੀ, ਠੀਕ ਆ, 1997 ਡੇਟ ਆਫ ਬਰਥ ਆ, ਤਾਂ ਇਹਦੇ ਵਿੱਚ ਕੋਈ ਸਪੇਸ ਨਹੀਂ ਪਾਉਣੀ, ਕੋਈ ਆਪਣਾ ਦੂਜਾ ਸਲੈਸ਼ ਨਹੀਂ ਪਾਉਣਾ, ਠੀਕ ਆ। ਉਹ ਤੋਂ ਇਫੈਕਟ ਪੇਮੈਂਟ ਡਿਟੇਲ 'ਤੇ ਕਲਿੱਕ ਕਰ ਦੇਣਾ ਜੀ ਤੁਸੀਂ। ਇਹ ਤੋਂ ਬਾਅਦ ਤੁਹਾਡਾ ਸਾਹਮਣੇ ਸਾਰੀ ਇਨਫੋਰਮੇਸ਼ਨ ਆ ਜੀ, ਤੁਹਾਡਾ ਨੇਮ, ਠੀਕ ਆ, ਕਿਹੜੀ ਵੈਕੈਂਸੀ ਲਈ ਅਪਲਾਈ ਕਰ ਰਹੇ ਹੋ, ਇੱਥੇ ਤੁਸੀਂ ਲਿਖ ਦੇਣਾ ਜੀ ਪੇ ਫੀਸ, ਕੋਈ ਵੀ ਰਿਮਾਰਕਸ ਲਿਖ ਸਕਦੇ ਹੋ। ਉਹ ਤੋਂ ਬਾਅਦ ਤੁਸੀਂ ਆਪਣਾ ਨੇਮ ਦੱਸਣਾ, ਇਹਦੇ ਵਿੱਚ ਤੁਹਾਡਾ ਨੇਮ ਕੀ ਆ ਜੀ, ਠੀਕ ਆ। ਜੋ ਵੀ ਤੁਹਾਡਾ ਨੇਮ ਹੈਗਾ, ਉਹ ਤੋਂ ਬਾਅਦ ਡੇਟ ਆਫ ਬਰਥ ਭਰ ਦੇਣੀ ਆਪਣੀ ਜਿਹੜੀ ਤੁਹਾਡੀ ਹੈਗੀ ਆ ਜੀ, ਇਹ ਤੋਂ ਬਾਅਦ ਈਮੇਲ ID ਭਰ ਦੇਣੀ ਆਪਣੀ। ਇਸ ਤੋਂ ਬਾਅਦ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਜਿਹੜਾ ਕੈਪਚਰ ਕੋਡ ਤੁਹਾਡੇ ਸਾਹਮਣੇ ਆ ਰਿਹਾ, ਇਹਨੂੰ ਭਰ ਦੇਣਾ ਵਾ। ਸਿਰਫ ਇੱਕ ਡੈਮੋ ਲਈ ਵੀਡੀਓ ਆ ਜੀ ਤੁਹਾਡੀ ਇਹ। ਇਸ ਤੋਂ ਬਾਅਦ ਨੈਕਸਟ ਕਰ ਦੇਣਾ ਤੁਸੀਂ। ਇਸ ਤੋਂ ਬਾਅਦ ਤੁਹਾਡੀ ਸਾਰੀ ਇਨਫੋਰਮੇਸ਼ਨ ਆਉਂਦੀ ਕਿ ਹਾਂ ਸਹੀ ਆ, ਉਹ ਤੋਂ ਬਾਅਦ ਨੈਕਸਟ ਕਰ ਦੇਣਾ ਤੁਸੀਂ। ਉਸ ਤੋਂ ਬਾਅਦ ਤੁਸੀਂ ਕਿਹੜੇ ਮੈਥਡ ਰਾਹੀਂ ਪੇ ਕਰਨਾ ਚਾਹੁੰਦੇ ਹੋ ਜੀ, ਉਹ ਵੇਖ ਲੈਣਾ। ਜਿਹਦੇ ਵਿੱਚ ਸਭ ਤੋਂ ਵਧੀਆ ਮੈਥਡ ਹੈਗਾ ਜਿੱਦਾਂ ਆ ਹੈਗਾ ਕਿਊਰ ਕਾਰਡ ਵਾਲਾ, ਕਿਉਂਕਿ ਇਹ 'ਚ ਚਾਰਜਸ ਨਹੀਂ ਹੈਗੇ। ਇੱਥੇ ਕਲਿੱਕ ਕਰ ਦਿਓ, ਇਹਦੇ ਵਿੱਚ ਤੁਸੀਂ ਨਾ ਇੱਕ ਕਿਊਰ ਕਾਰਡ ਹੈਗਾ ਆਪਣਾ, ਇਹਨੂੰ ਸਕੈਨਰ ਨੂੰ ਤੁਸੀਂ ਕਿਸੇ ਵੀ ਅਦਰ ਫੋਨ ਤੋਂ ਸਕੈਨ ਕਰਕੇ ਫੀਸ ਪੇ ਕਰ ਲਿਓ, ਅਤੇ
ਜਦੋਂ ਉਹ 'ਚ ਤੁਸੀਂ ਬੈਗ ਬੈਗ ਕੁਛ ਨਹੀਂ ਜਾਣਾ, ਆਟੋਮੈਟਿਕਲੀ ਤੁਹਾਡੇ ਅੱਗੇ ਸਿਫਟ ਓਪਨ ਹੋ ਜਾਏਗੀ ਤੁਹਾਡੀ ਫੀਸ ਦੀ, ਕਿਉਂਕਿ ਕਈਆਂ ਦੇ ਡੈਬਿਟ ਕਾਰਡ ਨੂੰ ਰੁਪਏ ਵਾਲੇ ਨਹੀਂ ਹੈਗੇ, ਤਾਂ ਇਸ ਕਰਕੇ ਉਹਨਾਂ ਦਿੱਕਤ ਆਉਂਦੀ ਪਈ। ਇਸ ਕਰਕੇ ਆਹ ਸਕੈਨ ਵਾਲਾ ਹੈਗਾ ਵੀ ਆਪਸ਼ਨ, ਇਹਨੂੰ ਸਕੈਨ ਕਰਕੇ ਅਤੇ ਤੁਸੀਂ ਆਪਣੀ ਫੀਸ ਪੇ ਕਰ ਲੈਣੀ ਆ ਅਤੇ ਤੁਹਾਨੂੰ ਪ੍ਰਿੰਟ ਰਿਸਿਪਟ ਮਿਲ ਜੂਗੀ ਜਦੋਂ ਆਪਾਂ ਫੀਸ ਪੇ ਕਰ ਲੈਂਦੇ ਹਾਂ। ਠੀਕ ਆ ਜੀ, ਉਸ ਤੋਂ ਬਾਅਦ ਤੁਸੀਂ ਟ੍ਰਾਂਜੈਕਸ਼ਨ ਹਿਸਟਰੀ ਚੈੱਕ ਕਰਨੀ ਆ ਕਿ ਤੁਹਾਡੀ ਫੀਸ ਚੈੱਕ ਹੋਈ ਜਾਂ ਨਹੀਂ ਹੋਈ। ਜਦੋਂ ਤੁਸੀਂ ਆਪਣਾ ਐਪਲੀਕੇਸ਼ਨ ਨੰਬਰ ਭਰਦੇ ਹੋ, ਠੀਕ ਆ, ਡੇਟ ਆਫ ਬਰਥ ਭਰਦੇ ਹੋ, ਤੁਹਾਡੇ ਮੈਂ SBI ਦੇ ਕੋਲਮ ਖੁੱਲ੍ਹਦਾ ਤਾਂ ਉਹਦੇ ਉੱਪਰ ਨਾ ਸਾਰਾ 3 ਡਾਊਟ ਦਿਖਦੇ ਪਿਆ ਤੁਹਾਨੂੰ। ਠੀਕ ਆ ਜੀ, ਇੱਥੇ ਤੁਸੀਂ ਟ੍ਰਾਂਜੈਕਸ਼ਨ ਹਿਸਟਰੀ 'ਤੇ ਜਾਣਾ ਜੀ। ਠੀਕ ਆ ਜੀ, ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਭਰ ਕੇ, ਠੀਕ ਆ, OTP ਆਏਗਾ, ਤੁਹਾਨੂੰ ਸਬਮਿਟ ਕਰੋਗੇ ਅਤੇ ਤੁਹਾਡੇ ਸਾਹਮਣੇ ਆ ਜਾਏਗਾ ਤੁਹਾਡੀ ਫੀਸ ਪੇ ਹੋਈ ਆ ਜਾਂ ਨਹੀਂ ਹੋਈ, ਤੁਹਾਨੂੰ ਸਾਰਾ ਕੁਝ ਦਿਖਾ ਦੇਗਾ ਜੀ। ਠੀਕ ਆ ਜੀ, ਅਤੇ ਜੇ ਤੁਸੀਂ ਮਤਲਬ ਕਿ ਫੀਸ ਵਗੈਰਾ ਪੇ ਭਰ ਰਹੇ ਹੁੰਦੇ ਹੋ ਤਾਂ ਜਦੋਂ ਮਤਲਬ ਕਿ ਤੁਸੀਂ ਆਪਣਾ, ਮੈਂ ਤੁਹਾਨੂੰ ਦੱਸਿਆ ਜਦੋਂ ਟ੍ਰਾਂਜੈਕਸ਼ਨ ਹਿਸਟਰੀ ਚੈੱਕ ਕਰਨੀ ਆ, ਉੱਥੇ ਤੁਹਾਡਾ ਇੱਥੇ ਸਕਸੈਸਫੁਲੀ ਆ ਜਾਏਗਾ ਜੇ ਤੁਹਾਡੀ ਫੀਸ ਪੇ ਹੋ ਜਾਏਗੀ ਜੀ। ਠੀਕ ਆ ਜੀ, ਅਤੇ ਹੁਣ ਮੈਂ ਫੀਸ ਪੇ ਹਾਲੇ ਪੇ ਨਹੀਂ ਕੀਤੀ, ਇਸ ਕਰਕੇ ਪੈਂਡਿੰਗ ਆਉਂਦੀ ਪਈ ਆ। ਜੇ ਤੁਸੀਂ ਫੀਸ ਪੇ ਕਰਦੇ ਹੋ ਤੁਹਾਡਾ ਫੇਲੀਅਰ ਆ ਜਾਂਦਾ, ਮਤਲਬ ਕਿ ਤੁਹਾਡੀ ਫੀਸ ਨਹੀਂ ਹੋਈ ਜਾਂ ਰਿਜੈਕਟ ਹੋ ਜਾਂਦੀ ਆ। ਇਸ ਕਰਕੇ ਸਾਰਿਆਂ ਨੇ ਆਪਣੀ ਸਕੈਨ ਰਾਹੀਂ ਕਰਕੇ ਹੀ ਫੀਸ ਪੇ ਕਰੋ, ਕਿ ਇਹ ਗੱਲ ਧਿਆਨ ਰੱਖੋ ਕਿ ਤੁਹਾਡੇ ਫੋਨ ਦੇ ਕੋਈ ਐਰਰ ਵਗੈਰਾ ਨਾ ਆਵੇ, ਕਿ ਨੈੱਟ ਵਗੈਰਾ ਬੰਦ ਨਾ ਹੋਵੇ, ਕਿਉਂਕਿ ਕਈ ਵਾਰ ਪੈਂਡਿੰਗ ਰਹਿ ਜਾਂਦੀ ਨੇ। ਅਤੇ ਜਿਹੜੇ ਵੀ ਮੈਥਡ ਰਾਹੀਂ ਤੁਸੀਂ ਫੀਸ ਪੇ ਕਰਨਾ ਚਾਹੁੰਦੇ ਹੋ ਜੀ, UPI ਵਾਲਾ ਸਹੀ ਹੈ ਮੈਥਡ। ਠੀਕ ਆ ਜੀ, ਡੈਬਿਟ ਕਾਰਡ ਕਈ ਵਾਰ ਅਸੈਪਟ ਨਹੀਂ ਕਰਦਾ ਰੁਪਏ ਵਾਲਾ, ਕਈ ਕਰਦਾ ਅਤੇ ਕਈ ਹੈਗੇ ਨਹੀਂ ਅਸੈਪਟੇਬਲ। ਇਸ ਕਰਕੇ ਤੁਸੀਂ UPI ਸਕੈਨ ਕਰਕੇ ਤੁਸੀਂ ਪੇ ਕਰ ਸਕਦੇ ਹੋ ਜੀ, ਅਤੇ ਆਹ ਸਟੈਪ ਫੋਲੋ ਕਰਕੇ ਆਪਣੀ ਫੀਸ ਪੇ ਕਰ ਸਕਦੇ ਹੋ। ਬਾਕੀ ਇਸ ਤੋਂ ਇਲਾਵਾ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਮੈਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਬਾਕਸ ਵਿੱਚ, ਜਾਂ ਟੈਲੀਗ੍ਰਾਮ ਦਾ ਲਿੰਕ ਇਸੇ ਵੀਡੀਓ ਅਬਾਊਟ 'ਚ ਆ, ਉੱਥੇ ਜਾ ਕੇ ਮੈਸੇਜ ਕਰ ਸਕਦੇ ਹੋ ਜੀ।